ਹਿੰਦੁਸਤਾਨ 에어 ਨੋਟਿਕਸ ਲਿਮਿਟਿਡ ਹ ਭਾਰਤੀ ਹਵਾਈ ਫੌਜ ਨੂੰ ਉਸਦਾ ਪਹਿਲਾ ਲਾਈਟ ਕੰਬੈਟ 에ਅਰਕ੍ਰਾਫਟ ਤੇਜਸ ਐਮਕੇ 1 ਜੁਲਾਈ ਵਿੱਚ ਦੇਵੇਗਾ ਜਹਾਜ਼ਾਂ ਦੀ ਪਹਿਲੀ ਉਡਾਨ ਮਾਰਚ ਵਿੱਚ ਹੋ ਚੁੱਕੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਇੰਟੀਗ੍ਰੇਸ਼ਨ ਟ੍ਰਾਇਲਸ ਚੱਲ ਰਹੇ ਨੇ ਤੇ ਵੱਖ-ਵੱਖ ਯੰਤਰਾਂ ਤੇ ਹਥਿਆਰਾਂ ਨੂੰ ਲਾ ਕੇ ਪਰਖ ਕੀਤੀ ਜਾ ਰਹੀ ਹੈ ਆਸ ਹੈ ਕਿ ਜੁਲਾਈ ਤੱਕ ਇਹ ਸਾਰੇ ਟ੍ਰਾਇਲਸ ਪੂਰੇ ਹੋ ਜਾਣਗੇ ਭਾਰਤੀ ਹਵਾਈ ਫੌਜ ਨੇ ਹਾਲ ਹੀ ਵਿੱਚ 83 ਤੇਜਸ ਐਮ ਕੇ 1ਏ ਦਾ ਆਰਡਰ ਦਿੱਤਾ ਸੀ ਇਹਨਾਂ ਤੇ 48000 ਕਰੋੜ ਰੁਪਏ ਦੀ ਲਾਗਤ ਆਈ ਹੈ ਹਵਾਈ ਫੌਜ ਹੁਣ 97 ਹੋਰ ਤੇਜਸ ਦਾ ਆਰਡਰ ਕਰਨ ਦੀ ਯੋਜਨਾ ਬਣਾ ਰਹੀ ਹੈ ਰੱਖਿਆ ਮੰਤਰਾਲੇ ਨੇ ਪਹਿਲਾਂ ਹੀ ਟੈਂਡਰ ਜਾਰੀ ਕਰ ਦਿੱਤਾ ਹੈ